ਐਮਾਜ਼ਾਨ ਕੈਨੇਡਾ ਚੈਨਲ ਦੇਖਣ ਵਾਲੇ ਸਭ ਦੋਸਤਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਦੋਸਤੋ ਕਿ ਜਿਨ੍ਹਾਂ ਦੋਸਤਾਂ ਦੀ ਉਮਰ 32 ਸਾਲ 35 ਸਾਲ 37 ਸਾਲ ਹੋ ਚੁੱਕੀ ਹੈ ਔਰ ਉਹ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਹਨ, ਉਹਨਾਂ ਦੀ ਮੈਰਿਜ ਵੀ ਹੋ ਚੁੱਕੀ ਹੈ, ਉਹਨਾਂ ਦੇ ਕਿਸੇ ਦੋਸਤ ਦੇ ਬੱਚੇ ਵੀ ਹੈ, ਤਾਂ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਕਿਉਂਕਿ ਅਗਰ ਉਹ ਐਕਸਪ੍ਰੈਸ ਐਂਟਰੀ ਪੁਆਇੰਟ ਬੇਸ 'ਤੇ ਅਪਲਾਈ ਕਰਦੇ ਆ ਤਾਂ ਉਹਨਾਂ ਦੇ ਏਜ ਦੇ ਵਿੱਚੋਂ ਪੁਆਇੰਟਸ ਆ ਜਿਹੜੇ ਉਹ ਘੱਟ ਜਾਂਦੇ ਆ, ਬਿਲੋ ਹੋ ਜਾਂਦੇ ਆ। ਆਈਲੈਟਸ ਉਹਨਾਂ ਨੂੰ ਹਾਈ ਸਕੋਰ ਚਾਹੀਦਾ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ। ਕਈਆਂ ਦੇ ਰਿਲੇਟਿਵ ਹੁੰਦੇ ਆ ਜਾਂ ਰਿਲੇਟਿਵ ਉਸ ਸਟੇਟ ਦੇ ਵਿੱਚ ਨਹੀਂ ਹੁੰਦੇ ਜਿੱਥੇ ਉਹ ਅਪਲਾਈ ਕਰਨਾ ਚਾਹੁੰਦੇ ਆ ਔਰ ਐਕਸਪ੍ਰੈਸ ਐਂਟਰੀ ਦਾ ਡਰਾਅ ਬਹੁਤ ਉੱਪਰ ਚਲਿਆ ਜਾਂਦਾ ਹੈ, ਉਹਦਾ CRS ਸਕੋਰ ਉੱਪਰ ਚਲਿਆ ਜਾਂਦਾ ਹੈ, ਇਸ ਕਰਕੇ ਉਹ ਨਹੀਂ ਆ ਸਕਦੇ। ਇਸੇ ਤਰੀਕੇ ਨਾਲ PNP ਜੋ ਹੈਗੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਹੈਗੇ ਆ ਜਾਂ ਪਾਇਲਟ ਪ੍ਰੋਗਰਾਮਸ ਜਿੰਨੇ ਵੀ ਚੱਲਦੇ ਆ, ਇਹਨਾਂ ਸਾਰੇ ਹੀ ਪ੍ਰੋਗਰਾਮਸ ਦੇ ਵਿੱਚ ਜ਼ਿਆਦਾਤਰ ਹੁਣ ਉਹੀ ਕੇਸ ਸਕਸੈਸਫੁਲ ਹੋ ਰਹੇ ਹਨ ਜਿਨ੍ਹਾਂ ਦੇ ਵਿੱਚ ਕੈਂਡੀਡੇਟ ਕੋਲੇ ਜੋਬ ਆਫਰ ਹੁੰਦੀ ਹੈ। ਵਿਦਆਊਟ ਜੋਬ ਆਫਰ ਤੁਸੀਂ ਦੇਖੋ, ਬੇਸ਼ੱਕ ਉਹ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈਗੇ ਹੈ ਜਾਂ ਉਹ ਐਗਰੀ ਫੂਡ ਪਾਇਲਟ ਪ੍ਰੋਗਰਾਮ ਹੋਵੇ ਜਾਂ ਉਹ ਨੈਨੀ ਦਾ ਪ੍ਰੋਗਰਾਮ ਹੋਵੇ ਜਾਂ ਹੋਰ ਡਿਫਰੈਂਟ ਪ੍ਰੋਗਰਾਮਸ ਹੋਣ, ਵਿਦਆਊਟ ਜੋਬ ਆਫਰ ਕੋਈ ਵੀ ਪ੍ਰੋਗਰਾਮ ਹੈ ਜੋ ਅੱਜ ਦੀ ਤਰੀਕ ਦੇ ਵਿੱਚ ਉਹ ਸਕਸੈਸਫੁਲ ਨਹੀਂ ਹੋ ਰਿਹਾ। ਅੱਜ ਕੱਲ੍ਹ ਇੱਕ ਨਵਾਂ ਚਲਨ ਚੱਲਿਆ ਹੋਇਆ ਯੂਕੋਨ ਇਮੀਗ੍ਰੇਸ਼ਨ ਦਾ। ਦੇਖੋ, ਯੂਕੋਨ ਇਮੀਗ੍ਰੇਸ਼ਨ ਬਾਰੇ ਬਹੁਤ ਸਾਰੇ ਦੋਸਤਾਂ ਦੇ ਮੈਨੂੰ ਕਮੈਂਟ ਵੀ ਆਏ ਹੈ ਕਿ ਇਹਦੇ 'ਤੇ ਤੁਸੀਂ ਵੀਡੀਓ ਬਣਾਓ ਔਰ ਪਤਾ ਲੱਗੇ ਕਿ ਅਸੀਂ ਯੂਕੋਨ ਦੇ ਵਿੱਚ ਸੌਖਿਆ ਕਿਵੇਂ ਆ ਸਕਦੇ ਹਾਂ। ਯੂਕੋਨ ਇਮੀਗ੍ਰੇਸ਼ਨ ਬਾਰੇ, ਵਿਦਆਊਟ ਆਈਲੈਟਸ ਆ ਸਕਦੇ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ LMI ਦੀ ਲੋੜ ਨਹੀਂ, ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਏਜੰਟਸ ਦੁਆਰਾ ਜਾਂ ਡਿਫਰੈਂਟ ਵੀਡੀਓਜ਼ ਦੁਆਰਾ ਵੀ ਸਾਡੇ ਦੋਸਤਾਂ ਨੂੰ ਵਿਖਾਈਆਂ ਜਾਂਦੀਆਂ। ਪਰ ਜਿਵੇਂ ਕਿ ਪਹਿਲਾਂ ਵੀ ਮੈਂ ਆਪਣੇ ਵੀਡੀਓਜ਼ ਦੇ ਵਿੱਚ ਇਹ ਕਹਿ ਚੁੱਕਿਆ ਕਿ ਜਿਸ ਗੱਲ ਦੀ ਬੁਨਿਆਦ ਨਹੀਂ ਉਸ ਗੱਲ ਦੀ ਤੁਹਾਨੂੰ ਇਸ ਚੈਨਲ ਤੋਂ ਇਨਫੋਰਮੇਸ਼ਨ ਨਹੀਂ ਦਿੱਤੀ ਜਾਏਗੀ ਜਿਹਦੇ ਨਾਲ ਤੁਸੀਂ ਗਮਰਾਹ ਹੋ ਸਕੋ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਯੂਕੋਨ ਦੇ ਵਿੱਚ ਦੋਸਤੋ 37 ਤੋਂ 40 ਹਜ਼ਾਰ ਲੋਕਾਂ ਦੀ ਟੋਟਲ ਪਾਪੂਲੇਸ਼ਨ ਹੈ। ਤੁਸੀਂ ਇਸ ਗੱਲ ਨੂੰ ਭਲੀ ਭਾਂਤੀ ਜਾਣ ਸਕਦੇ ਹੋ ਕਿ ਜਿਹੜੀ ਪ੍ਰੋਵਿੰਸ ਦੇ ਵਿੱਚ ਪਿਛਲੇ 100 ਸਾਲ ਦੇ ਵਿੱਚ, ਪਿਛਲੇ 200 ਸਾਲ ਦੇ ਵਿੱਚ 40 ਹਜ਼ਾਰ ਤੋਂ ਜ਼ਿਆਦਾ ਬੰਦੇ ਨਹੀਂ ਵਧੇ, ਉੱਥੇ ਕੀ ਕੰਮ ਹੋਣਗੇ ਔਰ ਕਿਵੇਂ ਤੁਸੀਂ ਸਕਸੈਸਫੁਲ ਹੋਵੋਗੇ। ਯੂਕੋਨ ਦੇ ਨਾਂ 'ਤੇ ਸਿਰਫ ਤੁਸੀਂ ਆਪਣਾ ਪੈਸਾ ਔਰ ਟਾਈਮ ਵੇਸਟ ਕਰ ਸਕਦੇ ਹੋ ਜਾਂ ਤੁਹਾਡੇ ਏਜੰਟਸ ਨੂੰ ਪੈਸੇ ਬਣ ਸਕਦੇ ਹੈ, ਅਦਰਵਾਈਜ਼ ਤੁਹਾਡੇ ਭੱਲੇ ਕਿਸੇ ਤਰ੍ਹਾਂ ਦੀ ਕੋਈ ਵੀ ਸਫਲਤਾ ਕੈਨੇਡਾ ਦੇ ਵਿੱਚ ਆਉਂਦੀ ਯੂਕੋਨ ਨੋਮੀਨੀ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਨਹੀਂ ਮਿਲਣੀ। ਵੈਸੇ ਵੀ ਇਸ ਸਪੈਸੀਫਿਕ ਪ੍ਰੋਗਰਾਮ ਦੀ ਮੈਂ ਗੱਲ ਇਸ ਲਈ ਕੀਤੀ ਹੈ ਕਿਉਂਕਿ ਇਹਦੇ ਬਾਬਤ ਮੇਰੇ ਤੋਂ ਬਹੁਤ ਸਾਰੇ ਕਮੈਂਟਸ ਦੇ ਰਾਹੀਂ ਕੁਐਸਚਨ ਪੁੱਛੇ ਗਏ ਕਿ ਤੁਸੀਂ ਸਰ ਇਹਦੇ ਬਾਰੇ ਵੀ ਦੱਸੋ। ਸੋ ਦੋਸਤੋ, ਮੈਂ ਤੁਹਾਨੂੰ ਸਿਰਫ ਇਹੀ ਗੱਲ ਕਹਾਂਗਾ ਕਿ ਜਿਹੜੀ ਪ੍ਰੋਵਿੰਸ ਦੇ ਵਿੱਚ ਕੈਨੇਡਾ ਦੇ ਵਿੱਚ ਇੱਥੇ ਰਹਿ ਰਹੇ, ਬੇਸ਼ੱਕ ਪੰਜਾਬੀ ਲੋਕ ਹੋਣ, ਬੇਸ਼ੱਕ ਕੈਨੇਡੀਅਨ ਨੇਟਿਵ ਬੋਰਨ ਇੱਥੋਂ ਦੇ ਲੋਕ ਹੋਣ, ਕੋਈ ਵੀ ਹੋਵੇ, ਅਗਰ ਉਹ ਇਸ ਪ੍ਰੋਵਿੰਸ 'ਤੇ ਜਾ ਕੇ ਵਿੱਚ ਨਹੀਂ ਵਸਣਾ ਚਾਹੁੰਦੇ ਜਿੱਥੇ ਕਿ ਹੁਣ ਵਿੰਟਰਸ ਆਉਣ ਵਾਲੀਆਂ, ਸਰਦੀਆਂ ਆਉਣ ਵਾਲੀਆਂ, 40 ਡਿਗਰੀ ਸੈਲਸੀਅਸ ਮਾਈਨਸ ਦੇ ਵਿੱਚ ਉੱਥੇ ਟੈਂਪਰੇਚਰ ਚੱਲਿਆ ਜਾਂਦਾ, ਵੈਸੇ ਵੀ ਉਹਨਾਂ ਪ੍ਰੋਗਰਾਮਸ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਨੂੰ ਉੱਥੇ ਅਪਲਾਈ ਕਰਨ ਦੇ ਲਈ, ਹੁਣ ਯੂਕੋਨ ਕਮਿਊਨਿਟੀ ਪ੍ਰੋਗਰਾਮ ਚੱਲਿਆ ਹੈਗਾ, ਉਹਦੇ ਵਿੱਚ ਤੁਹਾਨੂੰ 2 ਤੋਂ 3 ਜੋਬ ਆਫਰਸ ਚਾਹੀਦੀਆਂ ਹੈ ਅਗਰ ਤੁਸੀਂ ਉਸ ਪ੍ਰੋਗਰਾਮ ਦੇ ਲਈ ਆਪਦੇ ਆਪ ਨੂੰ ਨੋਮੀਨੇਟ ਕਰਨਾ ਹੈ। ਜੋਬ ਆਫਰ ਕਿਸੇ ਪ੍ਰੋਵਿੰਸ ਦੇ ਵਿੱਚ ਇੱਕ ਨਹੀਂ ਮਿਲਦੀ ਔਰ ਕਰੋਨਾ ਕਾਲ ਜੋ ਇਸ ਵੇਲੇ ਸਮਾਂ ਚੱਲ ਰਿਹਾ ਹੈ, ਇਹਦੇ ਵਿੱਚ ਕੈਨੇਡੀਅਨਸ ਦੇ ਵਿੱਚ ਕੋਲੇ ਖੁਦ ਜੋਬਸ ਹੈ ਨਹੀਂ, ਤੁਸੀਂ ਅਪਲਾਈ ਕਰਕੇ ਕਿਵੇਂ ਜੋਬ ਪ੍ਰਾਪਤ ਕਰੋਗੇ? ਸਿਰਫ ਤੁਸੀਂ ਇੰਨਾ ਕਰੋਗੇ ਕਿ ਉਸ ਨਾਮ 'ਤੇ ਤੁਹਾਨੂੰ ਪ੍ਰਮੋਟ ਕੀਤਾ ਜਾਏਗਾ ਯੂਕੋਨ ਇਮੀਗ੍ਰੇਸ਼ਨ ਨੂੰ, ਔਰ ਤੁਸੀਂ ਕਿਸੇ ਨਾ ਕਿਸੇ ਕੰਸਲਟੈਂਟ ਨੂੰ 50,000 ਰੁਪਇਆ ਦੇ ਆਉਂਗੇ ਔਰ ਵੇਟਿੰਗ ਦੇ ਵਿੱਚ ਬੈਠੇ ਰਹੋਗੇ। ਸੋ ਅਸੀਂ ਗੱਲ ਕਰ ਰਹੇ ਸੀ ਉਹਨਾਂ ਦੋਸਤਾਂ ਦੀ ਜੋ 32, 35, 37 ਸਾਲ ਦੀ ਉਮਰ ਤੱਕ ਪਹੁੰਚ ਚੁੱਕੇ ਹੈ। ਤਾਂ ਮੇਰੀ ਉਹਨਾਂ ਸਭ ਦੋਸਤਾਂ ਨੂੰ ਇਹੀ ਰਿਕੁਐਸਟ ਹੈ, ਇਹੀ ਮੇਰੀ ਉਹਨਾਂ ਨੂੰ ਸਭ ਦੋਸਤਾਂ ਨੂੰ ਸਲਾਹ ਹੈ ਕਿ ਜਿਹੜੇ ਵੀ ਕਿੱਤੇ ਦੇ ਵਿੱਚ ਤੁਸੀਂ ਇੰਡੀਆ ਦੇ ਵਿੱਚ, ਪਾਕਿਸਤਾਨ ਜਾਂ ਹੋਰ ਏਸ਼ੀਅਨ ਕਮਿਊਨਿਟੀ ਦੇ ਵਿੱਚ ਰਹਿ ਕੇ ਜਿਹੜੇ ਵੀ ਕਿੱਤੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਸਭ ਤੋਂ ਜ਼ਰੂਰੀ ਹੈ ਕਿ ਬੇਸ਼ੱਕ ਤੁਹਾਡੀ ਘੱਟ ਤਨਖਾਹ ਹੈ, ਤੁਹਾਡੀ ਵੱਧ ਤਨਖਾਹ ਹੈ, ਤੁਸੀਂ ਇਨਕਮ ਟੈਕਸ ਜ਼ਰੂਰ ਭਰੋ ਔਰ ਜਿਹੜੀ ਵੀ ਤੁਸੀਂ ਪੇ ਲੈਂਦੇ ਹੋ ਉਹ ਥਰੂ ਬੈਂਕ ਲਓ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਤੁਹਾਡਾ ਸੋਰਸ ਆਫ ਇਨਕਮ ਵਿਖਾਉਣਾ ਬਹੁਤ ਸੌਖਾ ਹੋ ਜਾਏ। ਇਨਕਮ ਟੈਕਸ ਹਰ ਹਾਲਤ ਦੇ ਵਿੱਚ ਭਰੋ ਔਰ ਆਪਦੀਆਂ ਜੋ ਸੈਲਰੀਜ਼ ਹੈ ਉਹ ਥਰੂ ਦਾ ਬੈਂਕ ਲਓ, ਥਰੂ ਦਾ ਪੇ ਸਲਿਪਸ ਲਓ ਤਾਂ ਕਿ ਕੱਲ੍ਹ ਨੂੰ ਜਦੋਂ ਤੁਸੀਂ ਅੱਗੇ ਜਾ ਕੇ ਜੋ ਅਸੀਂ ਵੀਡੀਓ 'ਚ ਗੱਲ ਕਰ ਰਹੇ ਹਾਂ ਉਹਨਾਂ ਚੀਜ਼ਾਂ ਲਈ ਅਪਲਾਈ ਕਰੋ ਤਾਂ ਇਹ ਚੀਜ਼ਾਂ ਤੁਹਾਡੇ ਲਈ ਸਹਾਈ ਹੋਣ। ਤਾਂ ਇਸ ਉਮਰ ਦੇ ਵਿੱਚ ਆਉਣ ਵਾਲੇ ਦੋਸਤਾਂ ਲਈ ਇਸ ਲਾਇਕ ਕਿ ਉਹਨਾਂ ਕੋਲ ਫਸਟ ਨੰਬਰ 1 ਇਹ ਤਰੀਕਾ ਹੈ ਕਿ ਫੋਰ ਐਗਜ਼ਾਮਪਲ ਇੱਕ ਮੀਆਂ ਬੀਵੀ ਹੈ, ਹਸਬੈਂਡ ਵਾਈਫ ਹੈ, ਉਹਨਾਂ ਦੇ ਬੱਚੇ ਵੀ ਹੈ, ਅਗਰ ਉਹਨਾਂ ਦੇ ਵਿੱਚੋਂ ਇੱਕ ਕੈਂਡੀਡੇਟ ਜਿਹੜਾ ਪੜ੍ਹਿਆ ਲਿਖਿਆ ਹੈ, ਜਿਹਦੀ ਗ੍ਰੈਜੂਏਸ਼ਨ ਕੀਤੀ ਹੈ, ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ,
ਤਾਂ ਉਹ ਇਸ ਉਮਰ ਦੇ ਵਿੱਚ ਵੀ ਇੱਥੇ ਸਟੂਡੈਂਟ ਵੀਜ਼ੇ ਤੇ ਆ ਸਕਦਾ ਹੈ। ਤੁਸੀਂ ਮਾਸਟਰ ਪ੍ਰੋਗਰਾਮ ਲਈ ਆ ਸਕਦੇ ਹੋ, ਤੁਸੀਂ ਪੀਐਚਡੀ ਪ੍ਰੋਗਰਾਮ ਲਈ ਆ ਸਕਦੇ ਹੋ, ਤੁਹਾਡੇ ਬੱਚੇ ਵੀ ਤੁਹਾਡੇ ਪਿੱਛੇ ਆ ਸਕਦੇ ਆ, ਤੁਹਾਡੇ ਹਸਬੈਂਡ ਜਾਂ ਵਾਈਫ ਵੀ ਤੁਹਾਡੇ ਪਿੱਛੇ ਆ ਸਕਦੇ ਆ। ਉਹਨਾਂ ਨੂੰ ਤੁਹਾਡੇ ਜੋ ਸਪਾਊਸ ਹੈ ਉਹਨੂੰ ਓਪਨ ਵਰਕ ਪਰਮਿਟ ਮਿਲੇਗਾ। ਅਗਰ ਤੁਸੀਂ ਅੱਛੇ ਕਾਲਜ ਅੱਛੇ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਹੀ ਧਿਆਨ ਰੱਖ ਕੇ ਐਡਮਿਸ਼ਨ ਲੈਣੀ ਹੈ ਤਾਂ ਤੁਹਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਵੀ ਇੱਥੇ ਮਿਲੇਗੀ ਔਰ ਪੀਆਰ ਦੇ ਲਈ ਤੁਹਾਡਾ ਰਾਹ ਪੱਧਰਾ ਹੋ ਜਾਏਗਾ, ਕਿਉਂਕਿ ਤੁਹਾਡੇ ਕੋਲ ਇੱਥੇ ਆ ਕੇ ਵਰਕ ਐਕਸਪੀਰੀਅੰਸ ਵੀ ਕੈਨੇਡਾ ਦਾ ਹੋ ਜਾਏਗਾ ਔਰ ਇੱਥੋਂ ਦੀ ਐਜੂਕੇਸ਼ਨ ਦੇ ਪੁਆਇੰਟ ਵੀ ਤੁਹਾਨੂੰ ਮਿਲ ਜਾਣਗੇ। ਸੋ ਸਟੂਡੈਂਟ ਵੀਜ਼ਾ ਇਸ ਉਮਰ ਦੇ ਵਿੱਚ ਵੀ ਲਿਆ ਜਾ ਸਕਦਾ ਹੈ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜਦੋਂ ਵੀ ਤੁਸੀਂ ਅਪਲਾਈ ਕਰੋਗੇ ਸਟੂਡੈਂਟ ਵੀਜ਼ੇ ਦੇ ਲਈ ਤਾਂ ਕਿਉਂਕਿ ਤੁਹਾਡੀ ਉਮਰ ਹੋ ਚੁੱਕੀ ਹੈ, ਤੁਸੀਂ 32, 35, 37 ਸਾਲ ਦੇ ਹੋ ਚੁੱਕੇ ਹੋ, ਤਾਂ ਤੁਹਾਨੂੰ ਇਮੀਗ੍ਰੇਸ਼ਨ ਪੁੱਛੇਗੀ ਕਿ ਜਦੋਂ ਤੁਸੀਂ ਪਹਿਲਾਂ ਪੜ੍ਹਾਈ ਕੀਤੀ ਸੀ ਉਸ ਤੋਂ ਬਾਅਦ ਤੁਹਾਡੀ ਮੈਰਿਜ ਹੋ ਗਈ, ਇਹਦੇ ਦਰਮਿਆਨ ਕੀ ਤੁਸੀਂ ਕੋਈ ਕੰਮ ਕਰ ਰਹੇ ਸੀ, ਤਾਂ ਤੁਸੀਂ ਬੇਸ਼ੱਕ ਕੋਈ ਆਮ ਜੋਬ ਕਰ ਰਹੇ ਸੀ ਜਾਂ ਤੁਸੀਂ ਕੋਈ ਬਿਜ਼ਨਸ ਕਰ ਰਹੇ ਸੀ, ਤਾਂ ਤੁਹਾਨੂੰ ਉਦੋਂ ਸ਼ੋ ਕਰਨਾ ਪਏਗਾ ਕਿ ਆਹ ਦੇਖੋ ਜੀ ਕਿ ਮੈਂ ਪ੍ਰੋਪਰ ਕੰਮ ਕਰ ਰਿਹਾ ਸੀ, ਜੋਬ ਕਰ ਰਿਹਾ ਸੀ, ਆਹ ਮੈਨੂੰ ਪੇ ਮਿਲ ਰਹੀ ਸੀ, ਆਹ ਮੈਂ ਇਨਕਮ ਟੈਕਸ ਭਰ ਰਿਹਾ ਸੀ। ਇਸ ਤੋਂ ਬਿਹਤਰ ਤੁਹਾਨੂੰ ਵਧੀਆ ਪਰੂਫ ਸ਼ੋ ਕਰਨ ਲਈ ਨਹੀਂ ਮਿਲਣਾ। ਔਰ ਇਸੇ ਬਿਹਾਫ ਤੇ ਹਜ਼ਾਰਾਂ ਹੀ ਲੋਕ ਹੈ ਜਿਹੜੇ ਇਸ ਉਮਰ ਦੇ ਵਿੱਚ ਵੀ ਸਟੂਡੈਂਟ ਵੀਜ਼ੇ ਤੇ ਸਮੇਤ ਬੱਚਿਆਂ ਤੇ ਆ ਰਹੇ ਹੈ ਔਰ ਸਕਸੈਸਫੁਲੀ ਆਪਦੀ ਲਾਈਫ ਹੈ ਜਿਹੜੀ ਉਹ ਕੈਨੇਡਾ ਦੇ ਵਿੱਚ ਕੰਟੀਨਿਊ ਕਰ ਰਹੇ ਹੈ। ਇਸ ਤੋਂ ਬਿਨਾਂ ਨੰਬਰ 2 ਅਸੀਂ ਗੱਲ ਕਰਦੇ ਹਾਂ। ਹੁਣ ਬਹੁਤ ਸਾਰੇ ਦੋਸਤ ਇਹੋ ਜਿਹੇ ਹੈ ਜਿਹੜੇ ਕਹਿੰਦੇ ਕਿ ਨਹੀਂ ਜੀ, ਅਸੀਂ ਸਾਡੇ ਸਪਾਊਸ ਦੇ ਵਿੱਚ ਹਸਬੈਂਡ ਵਾਈਫ ਦੇ ਵਿੱਚ ਕੋਈ ਵੀ ਹੈ ਜਿਹੜੀ ਉਹਦੀ ਜ਼ਿਆਦਾ ਪੜ੍ਹਾਈ ਵੀ ਹੈ ਨਹੀਂ, ਉਹਦੀ ਜ਼ਿਆਦਾ ਉਹ 7 ਬੈਂਡ ਵੀ ਨਹੀਂ ਲੈ ਸਕਦਾ, ਉਹ ਮਾਸਟਰ ਡਿਗਰੀ ਲਈ ਨਹੀਂ ਜਾ ਸਕਦਾ ਜਾਂ ਹੋਰ ਤਰ੍ਹਾਂ ਦੀਆਂ ਤੁਹਾਨੂੰ ਕੋਈ ਪਰਿਵਾਰਕ ਜਾਂ ਕਿਵੇਂ ਵੀ ਦਿੱਕਤਾਂ ਆਉਂਦੀਆਂ, ਪਰ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਪਰ ਤੁਸੀਂ ਪੜ੍ਹਨਾ ਨਹੀਂ ਚਾਹੁੰਦੇ, ਤਾਂ ਇਹਦੇ ਵਿੱਚ ਇੱਕ ਗੱਲ ਨੂੰ ਤੁਸੀਂ ਦੋਸਤੋ ਸਹਿਜ ਸੋਚ ਸਕਦੇ ਹੋ ਕਿ ਜਦੋਂ ਵੀ ਤੁਸੀਂ ਕਿਸੇ ਕੰਸਲਟੈਂਟ ਕੋਲੇ ਜਾਂਦੇ ਹੋ ਤਾਂ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਜੀ ਬੇਸ਼ੱਕ ਸਾਨੂੰ ਵਿਜ਼ਟਰ ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਭੇਜ ਦਿਓ, ਤਾਂ ਅੱਗੋਂ ਮੰਗ ਕੀ ਕੀਤੀ ਜਾਂਦੀ ਹੈ ਕਿ ਤੁਹਾਡਾ 25 ਲੱਖ, 30 ਲੱਖ ਜਾਂ 35 ਲੱਖ ਲੱਗੂਗਾ ਤੁਹਾਨੂੰ ਸਾਰੇ ਪਰਿਵਾਰ ਦਾ ਵਿਜ਼ਟਰ ਵੀਜ਼ਾ ਲਵਾ ਕੇ, ਤੁਹਾਡਾ ਟੂਰਿਸਟ ਵੀਜ਼ਾ ਲਵਾ ਕੇ ਕੈਨੇਡਾ ਭੇਜ ਦਿੰਦੇ ਹਾਂ। ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ, ਇਹ ਗੱਲ ਕਹਿਣ 'ਚ ਕੋਈ ਦੋ ਰਾਇਆਂ ਨਹੀਂ ਕਿ ਅਗਰ ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਵੀ ਆ ਜਾਂਦੇ ਹੋ, ਜੇ ਤੁਸੀਂ ਇੱਥੇ ਟੂਰਿਸਟ ਵੀਜ਼ੇ ਤੇ ਵੀ ਆ ਜਾਂਦੇ ਹੋ, ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦਾ ਕੰਮ ਮਿਲ ਜਾਂਦਾ, ਵਾਪਸ ਜਾਣ ਦੀ ਲੋੜ ਨਹੀਂ ਪੈਂਦੀ। ਬੇਸ਼ੱਕ ਉਹ ਐਗਰੀਕਲਚਰ ਦਾ ਕੰਮ ਹੋਵੇ ਜਾਂ ਟਰੈਕਿੰਗ ਦਾ ਕੰਮ ਹੋਵੇ, ਤੁਸੀਂ ਇੱਥੇ ਲਾਇਸੈਂਸ ਬਣਾ ਲਓ, ਕੋਈ ਨਾ ਕੋਈ ਤਰੀਕਾ ਕੈਨੇਡਾ ਦੇ ਵਿੱਚ ਨਿਕਲ ਹੀ ਆਉਂਦਾ ਜਿਹਦੇ ਨਾਲ ਤੁਸੀਂ ਇੱਥੇ ਸਟੇ ਕਰ ਜਾਂਦੇ ਹੋ, ਬੇਸ਼ੱਕ ਤੁਸੀਂ ਵਿਜ਼ਟਰ ਜਾਂ ਟੂਰਿਸਟ ਵੀਜ਼ੇ ਤੇ ਵੀ ਆਏ ਹੁੰਦੇ ਆ। ਪਰ ਇੱਥੇ ਆ ਕੇ ਗੱਲ ਫਿਰ ਦੁਬਾਰਾ ਇਹ ਖੜੀ ਹੋ ਜਾਂਦੀ ਹੈ ਕਿ ਤੁਹਾਡਾ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਲੱਗੇ ਕਿਵੇਂ। ਤਾਂ ਦੋਸਤੋ, ਤੁਸੀਂ 25-30-35 ਲੱਖ ਰੁਪਇਆ ਕਿਸੇ ਕੰਸਲਟੈਂਟ ਨੂੰ ਤਿਆਰ ਹੁੰਦੇ ਹੋ ਦੇਣ ਨੂੰ, ਪਰ ਆਪਦੇ ਆਪ ਤੇ ਆਪਦੀ ਮਦਦ ਤੁਸੀਂ ਆਪ ਨਹੀਂ ਕਰਦੇ। ਅਗਰ ਤੁਸੀਂ ਪ੍ਰੋਪਰ ਆਪਦਾ ਆਪਦੀ ਕੰਟਰੀ ਦੇ ਵਿੱਚ ਇਨਕਮ ਟੈਕਸ ਫਾਈਲ ਕਰੋ, ਅਗਰ ਤੁਸੀਂ ਆਪਦੀਆਂ ਪੇ ਸਲਿਪਸ ਤੇ ਹੀ ਜੋਬ ਕਰੋ, ਅਗਰ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਉਹਦਾ ਪ੍ਰੋਪਰ ਜੋ ਵੀ ਆਦਾਨ ਪ੍ਰਦਾਨ ਹੁੰਦਾ ਹੈ, ਤੁਹਾਡਾ ਸੋਰਸ ਆਫ ਇਨਕਮ ਹੈ ਜਿਹੜਾ, ਉਹਨੂੰ ਬਿਲਕੁਲ ਸਹੀ ਰੱਖੋ। ਤੁਹਾਡਾ ਸੋਰਸ ਆਫ ਫੰਡਸ ਤੁਸੀਂ ਸਹੀ ਵਿਖਾ ਰਹੇ ਹੋ, ਇਨਕਮ ਟੈਕਸ ਤੁਸੀਂ ਵਿਖਾ ਰਹੇ ਹੋ, ਤਾਂ ਇਹਦੇ ਨਾਲ ਤੁਸੀਂ ਸਿਰਫ ਇੰਨਾ ਕੰਮ ਕਰਨਾ ਹੈ ਕਿ ਤੁਸੀਂ ਆਪਦੇ ਪਰਿਵਾਰ ਦੇ ਨਾਲ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਚਾਲੀ ਨਾ ਕਰੋ ਕਿਸੇ ਵੀ ਤਰ੍ਹਾਂ ਦੀ ਪ੍ਰੋਗਰਾਮ ਦੇ ਵਿੱਚ। ਤੁਸੀਂ ਪਹਿਲਾਂ ਆਪਦੇ ਨਜ਼ਦੀਕੀ ਜਿਹੜੇ ਵੀ ਦੇਸ਼ ਹੈਗੇ ਆ, ਫੋਰ ਐਗਜ਼ਾਮਪਲ ਸਿੰਗਾਪੁਰ ਹੋ ਗਿਆ, ਹਾਂਗਕਾਂਗ ਹੋ ਗਿਆ, ਚਾਈਨਾ ਹੋ ਗਿਆ, ਇਹਨਾਂ ਕੰਟਰੀਜ਼ ਦੇ ਵਿੱਚ ਜਾਓ, ਉੱਥੇ ਟੂਰਿਸਟ ਵੀਜ਼ਾ ਲਓ ਔਰ ਆਪਣੇ ਪਾਸਪੋਰਟ ਤੇ ਐਂਟਰੀ ਲਵਾਓ। ਉਦੋਂ ਬਾਅਦ 6 ਮਹੀਨੇ ਠਹਿਰ ਕੇ ਫਿਰ ਤੁਸੀਂ 2-3 ਕੰਟਰੀਜ਼ ਦੇ ਵਿੱਚ ਜਾਓ ਔਰ ਆਪਦੀਆਂ ਐਂਟਰੀਜ਼ ਲਵਾਓ। ਆਉਣ ਵਾਲੇ ਦੇ ਸਮੇਂ ਦੇ ਵਿੱਚ, ਆਉਣ ਵਾਲੇ 2021-2022 ਇਹਨਾਂ ਸਾਲਾਂ ਦੇ ਵਿੱਚ, ਜਦੋਂ ਕੋਰੋਨਾ ਦਾ ਦੌਰ ਥੋੜਾ ਜਿਹਾ ਖਤਮ ਹੋਇਆ ਔਰ ਜਦੋਂ ਦੁਬਾਰਾ ਵਿਜ਼ਟਰ ਵੀਜ਼ੇ ਸਟਾਰਟ ਹੋਏ, ਤਾਂ ਤੁਸੀਂ ਦੇਖੋਗੇ ਸਨ 2017-2018 ਵਾਂਗੂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਵਿਜ਼ਟਰ ਵੀਜ਼ੇ, ਟੂਰਿਸਟ ਵੀਜ਼ੇ ਲੱਗਣਗੇ, ਕਿਉਂਕਿ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਹੈ ਜਿਹੜੀ ਉਹ ਕੈਨੇਡਾ ਦੇ ਵਿੱਚ ਪੂਰੀ ਨਹੀਂ ਹੋ ਰਹੀ। ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੈਨੇਡਾ ਦੇ ਲਾਅ ਦੇ ਅਨੁਸਾਰ ਹਰੇਕ ਸਾਲ ਗੌਰਮੈਂਟ ਨੇ ਟੋਟਲ ਪਾਪੂਲੇਸ਼ਨ ਦਾ 1% ਇਮੀਗ੍ਰੇਸ਼ਨ ਕਰਨੀ ਹੁੰਦੀ ਹੈ, ਸਰਕਾਰ ਬੇਸ਼ੱਕ ਕੋਈ ਵੀ ਹੋਵੇ। ਤਾਂ ਆਲਮੋਸਟ ਕੈਨੇਡਾ ਦੇ ਵਿੱਚ 3,70,00,000 ਦੇ ਕਰੀਬ ਪਾਪੂਲੇਸ਼ਨ ਹੈ, 4 ਕਰੋੜ ਤੋਂ ਨੀਚੇ ਹੈ, ਔਰ ਇਹਦਾ 1% ਬਣਦਾ ਹੈ 3,70,000 ਕਿ ਹਰੇਕ ਸਾਲ ਇਮੀਗ੍ਰੇਸ਼ਨ ਕੈਨੇਡਾ ਦਾ ਇੱਕ ਟਾਰਗੇਟ ਹੁੰਦਾ, ਉਹ 3,20,000, 3,30,000, 3,40,000 ਬੰਦਿਆਂ ਨੂੰ ਇਮੀਗ੍ਰੇਸ਼ਨ ਦੇਣ ਦਾ ਟੀਚਾ ਰੱਖਦੇ ਹੈ, ਕਿਉਂਕਿ ਪਾਪੂਲੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। 1% ਦੇ ਹਿਸਾਬ ਨਾਲ ਹਰੇਕ ਸਾਲ
ਟੀਚਾ ਰੱਖਿਆ ਜਾਂਦਾ ਕਿ ਇੰਨੇ ਟੀਚੇ ਤੇ ਅਸੀਂ ਬੰਦੇ ਸੱਦਾਂਗੇ, ਇਹਦੇ ਵਿੱਚੋਂ ਇੰਨੇ ਬੰਦੇ ਇੱਥੇ ਆ ਕੇ ਆਪਦੇ ਆਪ ਨੂੰ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੋਣਗੇ ਤੇ ਪਾਪੂਲੇਸ਼ਨ ਦੇ ਵਿੱਚ ਵਾਧਾ ਹੋਊਗਾ। ਔਰ ਜਦੋਂ ਦਾ ਇਹ ਪ੍ਰੋਗਰਾਮ, ਜਦੋਂ ਦੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਸਟਾਰਟ ਹੋਈ ਹੈ, ਇਹ ਵੀ ਸੱਚਾਈ ਹੈ ਵੀ ਕਦੇ ਵੀ ਗੌਰਮੈਂਟ ਹੈ ਜਿਹੜੀ ਆਪਦੇ ਟੀਚੇ ਨੂੰ ਪੂਰਾ ਨਹੀਂ ਕਰ ਸਕੀ। ਕਦੇ ਵੀ ਉਹਨਾਂ ਤੋਂ 3,20,000 ਜਾਂ 3,00,000 ਬੰਦੇ ਦੀ ਇਮੀਗ੍ਰੇਸ਼ਨ ਨਹੀਂ ਕੀਤੀ ਗਈ। ਔਰ 2020 ਦੇ ਵਿੱਚ ਇਮੀਗ੍ਰੇਸ਼ਨ ਨੂੰ ਬਹੁਤ ਜ਼ਿਆਦਾ ਘਾਟਾ ਪਿਆ, ਕਿਉਂਕਿ ਸਟੂਡੈਂਟ ਵੀ ਨਹੀਂ ਆਏ। ਸਟੂਡੈਂਟ ਵੀ $21 billion ਦੀ ਬਹੁਤ ਵੱਡੀ ਇੰਡਸਟਰੀ ਹੈ, ਸਟੂਡੈਂਟ ਵੀ ਨਹੀਂ ਆਏ, ਨਾ ਵਿਜ਼ਟਰ ਆਏ, ਨਾ ਵਰਕ ਪਰਮਿਟ 'ਤੇ ਬਹੁਤੇ ਲੋਕ ਆਏ, ਨਾ ਪਾਇਲਟ ਪ੍ਰੋਗਰਾਮਸ ਦੇ ਹੇਠ ਜੋ ਪਾਇਲਟ ਪ੍ਰੋਗਰਾਮ ਚਲਾਏ ਗਏ, ਜੋ PNPKCs ਚਲਾਏ ਗਏ, ਉਹਨਾਂ ਦੇ ਵਿੱਚ ਲੋਕਾਂ ਕੋਲ ਜੋਬ ਆਫਰ ਹੈ ਨਹੀਂ ਸੀ, ਨਾ ਹੀ ਜੋਬ ਆਫਰ ਕਿਤੋਂ ਮਿਲ ਰਹੀ ਹੈ। ਸੋ ਆਲਮੋਸਟ ਇਹ ਬਿਲਕੁਲ ਬਲੈਂਕ, ਬਿਲਕੁਲ ਈਅਰ ਨਿਕਲ ਗਿਆ। ਸੋ ਆਉਣ ਵਾਲੇ ਅਗਾਊਂ ਸਾਲਾਂ 2021 ਦੇ ਵਿੱਚ, 2022 ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਇਮੀਗ੍ਰੇਸ਼ਨ ਹੈ ਜਿਹੜੀ ਉਹ ਕੀਤੀ ਜਾਊਗੀ। ਸੋ ਦੋਸਤੋ, ਤੁਸੀਂ ਵਿਜ਼ਟਰ ਵੀਜ਼ੇ, ਟੂਰਿਸਟ ਵੀਜ਼ੇ ਲਈ ਵੀ ਆਪਦੇ ਆਪ ਨੂੰ ਐਲੀਜੀਬਲ ਕਰੋ। ਜਦੋਂ ਵੀ ਕੋਰੋਨਾ ਦਾ ਦੌਰ ਖਤਮ ਹੁੰਦਾ ਹੈ, ਵੱਖਰੀਆਂ ਵੱਖਰੀਆਂ ਕੰਟਰੀਜ਼ 'ਤੇ ਵੀਜ਼ੇ ਸਟਾਰਟ ਹੁੰਦੇ ਹੈ, ਤਾਂ ਤੁਸੀਂ ਉਹਨਾਂ ਕੰਟਰੀਜ਼ ਦੇ ਵਿੱਚ ਜਾਓ ਜਿਨ੍ਹਾਂ ਕੰਟਰੀਜ਼ ਦੇ ਵਿੱਚ ਇੰਡੀਆ ਤੋਂ ਵੀਜ਼ਾ ਲੈਣ ਦੀ ਜ਼ਰੂਰਤ ਪੈਂਦੀ ਹੈ। ਹੁਣ ਫੋਰ ਐਗਜ਼ਾਮਪਲ, ਤੁਸੀਂ ਆਮ ਏਜੰਟ ਹੈਗੇ ਜਿਹੜੇ, ਉਹ ਕਹਿੰਦੇ ਕਿ ਤੁਹਾਡੀ ਟਰੈਵਲ ਹਿਸਟਰੀ ਬਣਾ ਦਿੰਦੇ ਹਾਂ, ਅਸੀਂ ਤੁਹਾਨੂੰ ਥਾਈਲੈਂਡ ਭੇਜ ਦਿੰਦੇ ਹਾਂ। ਜਿਹੜੀਆਂ ਕੰਟਰੀਜ਼ ਦੇ ਵਿੱਚ ਔਨ ਅਰਾਈਵਲ ਵੀਜ਼ਾ ਮਿਲਦਾ ਹੈ, ਫੋਰ ਐਗਜ਼ਾਮਪਲ ਨੇਪਾਲ ਹੈ, ਕਿਉਂਕਿ ਉੱਥੇ ਔਨ ਅਰਾਈਵਲ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ, ਕਿਸੇ ਤਰ੍ਹਾਂ ਦੀ ਤੁਹਾਡੇ ਵੀਜ਼ਾ ਦੀ ਤੁਹਾਨੂੰ ਉੱਥੇ ਜ਼ਰੂਰਤ ਨਹੀਂ ਹੁੰਦੀ। ਟਿਕਟ ਲੈ ਕੇ ਉਸ ਕੰਟਰੀ ਦੇ ਵਿੱਚ ਚੜ੍ਹ ਜਾਓ, ਉੱਥੇ ਜਾ ਕੇ ਘੁੰਮਣ ਦਾ ਵੀਜ਼ਾ ਲੈ ਲਓ। ਸੋ ਉਹਦੇ ਲਈ ਇਮੀਗ੍ਰੇਸ਼ਨ ਕੈਨੇਡਾ ਨੂੰ ਵੀ ਪਤਾ ਹੈ ਕਿ ਇਸ ਕੰਟਰੀ ਦੇ ਨਾਲ ਇੰਡੀਆ ਦੀ ਟ੍ਰੀਟੀ ਹੈ, ਇਹਦੇ ਨਾਲ ਸੰਧੀ ਆ, ਉੱਥੋਂ ਦੇ ਲੋਕ ਟਿਕਟ ਲੈ ਕੇ ਇਹਨਾਂ ਦੇਸ਼ਾਂ ਦੇ ਵਿੱਚ ਜਾ ਸਕਦੇ ਆ। ਉੱਥੇ ਜਾ ਕੇ ਉਹ 15 ਦਿਨ 30 ਦਿਨ ਘੁੰਮਣ ਦਾ ਵੀਜ਼ਾ ਲੈ ਸਕਦੇ ਆ। ਉਹਦੇ ਲਈ ਨਾ ਉਹਨਾਂ ਨੂੰ ਕੋਈ ਫੰਡ ਸ਼ੋਅ ਕਰਨ ਦੀ ਲੋੜ ਹੁੰਦੀ ਹੈ ਜਾਂ ਹੋਰ ਸਾਰੀਆਂ ਰਿਕੁਆਇਰਮੈਂਟਸ ਦੀ ਲੋੜ ਨਹੀਂ ਹੁੰਦੀ। ਸੋ ਇਹੋ ਜਿਹੇ ਦੇਸ਼ਾਂ ਦੇ ਵੀਜ਼ੇ ਜਦੋਂ ਤੁਹਾਡੇ ਪਾਸਪੋਰਟ 'ਤੇ ਲੱਗੇ ਹੁੰਦੇ ਔਰ ਤੁਸੀਂ ਇਹ ਸਮਝਣ ਲੱਗ ਪੈਂਦੇ ਹੋ ਕਿ ਸਾਡੀ ਟਰੈਵਲ ਹਿਸਟਰੀ ਬਣ ਗਈ ਹੈ, ਤਾਂ ਉਹ ਜਦੋਂ ਤੁਸੀਂ ਕੈਨੇਡਾ ਦੇ ਲਈ ਅਪਲਾਈ ਕਰਦੇ ਹੋ ਤਾਂ ਉਸ ਵੀਜ਼ੇ ਨੂੰ ਅਣਵੇਖਿਆ ਕੀਤਾ ਜਾਂਦਾ ਹੈ, ਕਿਉਂਕਿ ਉੱਥੇ ਤੁਸੀਂ ਵਾਕਈ ਸਖਾਲੇ ਜਾ ਸਕਦੇ ਹੈ। ਉੱਥੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਫੰਡ ਜਾਂ ਕੋਈ ਹੋਰ ਸ਼ੋਅ ਕਰਨਾ ਪੈਂਦਾ ਨਹੀਂ। ਉਹਨਾਂ ਨਾਲ ਤੁਹਾਡੇ ਦੇਸ਼ ਦੀ ਟ੍ਰੀਟੀ ਹੋਣ ਕਰਕੇ, ਤੁਹਾਡੇ ਦੇਸ਼ ਦੀ ਸੰਧੀ ਹੋਣ ਕਰਕੇ ਇੰਟਰਨੈਸ਼ਨਲ ਮਾਮਲਿਆਂ 'ਤੇ ਤੁਸੀਂ ਸੌਖੇ ਜਾ ਸਕਦੇ ਹੋ। ਸੋ ਉਹਨਾਂ ਮੁਲਕਾਂ ਨੂੰ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ। ਸੋ ਦੋਸਤੋ, ਅਗਰ ਤੁਸੀਂ ਆਪਦੀ ਟਰੈਵਲ ਹਿਸਟਰੀ ਵੀ ਬਣਾ ਰਹੇ ਹੋ ਤਾਂ ਉਹਨਾਂ ਹੀ ਮੁਲਕਾਂ ਜਾਓ ਜਿੱਥੇ ਤੁਹਾਨੂੰ ਪ੍ਰੋਪਰ ਫੰਡ ਵੀ ਸ਼ੋਅ ਕਰਨਾ ਪਵੇ, ਬੇਸ਼ੱਕ 1,00,000 ਜਾਂ 2,00,000 ਹੀ ਸ਼ੋਅ ਕਰਨਾ ਪਵੇ। ਫਿਲੀਪੀਨਸ, ਹਾਂਗਕਾਂਗ, ਸਿੰਗਾਪੁਰ ਚੰਗੀ ਕੰਟਰੀ ਹੈ। ਸੋ ਤੁਸੀਂ ਇਨਕਮ ਟੈਕਸ ਨੂੰ ਆਪਦੇ ਧਿਆਨ ਦੇ ਵਿੱਚ ਰੱਖੋ, ਆਪਦੀਆਂ ਪੇ ਸਲਿਪਸ ਨੂੰ ਧਿਆਨ ਦੇ ਵਿੱਚ ਰੱਖੋ ਔਰ ਆਪਦੀ ਟਰੈਵਲ ਹਿਸਟਰੀ ਬਣਾਓ। ਵਿਜ਼ਟਰ ਟੂਰਿਸਟ ਵੀਜ਼ੇ 'ਤੇ ਤੁਸੀਂ ਇੱਥੇ ਆ ਸਕਦੇ ਹੋ। ਅਗਰ ਤੁਸੀਂ ਆਪਦਾ ਟੂਰਿਸਟ ਦਾ ਰਿਕਾਰਡ ਆਪ ਬਣਾਓਗੇ ਤਾਂ ਤੁਹਾਡਾ 2-4 ਲੱਖ ਰੁਪਇਆ ਲੱਗੇਗਾ। ਅਗਰ ਤੁਸੀਂ ਇਹੀ ਚੀਜ਼ ਕਿਸੇ ਕੰਸਲਟੈਂਟ ਨੂੰ ਕਹਿੰਦੇ ਹੋ ਤਾਂ ਉਹੀ ਬੰਦਾ ਤੁਹਾਡੇ ਤੋਂ 25-30 ਲੱਖ ਲੈ ਜਾਂਦਾ। ਸੋ ਬਿਹਤਰ ਗੱਲ ਹੈ ਕਿ ਤੁਸੀਂ ਇਹਦੇ ਲਈ ਆਪਦੇ ਆਪ ਐਫਰਟਸ ਕਰੋ। ਇਸ ਤੋਂ ਬਿਨਾਂ ਜਿਹੜੇ PNPKCs ਹੈ, ਐਕਸਪ੍ਰੈਸ ਐਂਟਰੀਜ਼ ਹੈ, ਤੁਹਾਨੂੰ ਹਾਈ ਬੈਂਡ ਸਕੋਰ ਦੀ ਜ਼ਰੂਰਤ ਹੈ। ਅਗਰ ਤੁਹਾਡੇ ਉਹ ਹੈ ਤਾਂ ਤੁਸੀਂ ਉਹਦੇ 'ਚ ਆ ਸਕਦੇ ਹੋ। ਅਦਰਵਾਈਜ਼ ਅਸੀਂ ਇਹ ਵੀਡੀਓ ਸਿਰਫ ਉਹਨਾਂ ਦੋਸਤਾਂ ਲਈ ਗੱਲ ਕੀਤੀ ਹੈ ਜਿਹੜੇ ਬਹੁਤ ਜ਼ਿਆਦਾ ਵੱਡਾ ਬੈਂਡ ਸਕੋਰ ਨਹੀਂ ਲੈ ਸਕਦੇ। ਲੀਗਲ ਤਰੀਕੇ ਨਾਲ ਆਓ, ਸਹੀ ਤਰੀਕੇ ਨਾਲ ਆਓ। ਕੈਨੇਡਾ ਹਮੇਸ਼ਾ ਹੀ ਇਮੀਗ੍ਰੈਂਟਸ ਦਾ ਸਵਾਗਤ ਕਰਦਾ ਹੈ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਕੋਈ ਵੀ ਗੱਲ ਚੰਗੀ ਲੱਗੀ ਹੋਵੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਡਿਫਰੈਂਟ ਵਿਸ਼ਿਆਂ 'ਤੇ ਵੀਡੀਓਜ਼, ਬੇਸ਼ੱਕ ਉਹ ਸਟੂਡੈਂਟ ਵੀਜ਼ੇ ਦੇ ਨਾਲ ਰਿਲੇਟਡ ਹੋਣ, ਬੇਸ਼ੱਕ ਉਹ PNP ਦੇ ਨਾਲ ਕੇਸਿਸ ਦੇ ਨਾਲ ਰਿਲੇਟਡ ਹੋਣ, ਐਕਸਪ੍ਰੈਸ ਐਂਟਰੀ ਦੇ ਨਾਲ ਰਿਲੇਟਡ ਹੋਣ, ਤਾਂ ਉਹ ਸਾਰੇ ਹੀ ਵਿਸ਼ਿਆਂ 'ਤੇ ਤੁਹਾਨੂੰ ਅਪ ਟੂ ਡੇਟ ਇਨਫੋਰਮੇਸ਼ਨ ਜਿਹੜੀ ਲੈ ਕੇ ਅਸੀਂ ਆਉਂਦੇ ਰਹਾਂਗੇ। ਤੁਸੀਂ ਤੁਹਾਡੇ ਆਪਣੇ ਇਮੀਜ਼ੋਨ ਕੈਨੇਡਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।